साडे समझ आऊगी असीं उहदी व्याख्या भी कर दांगे। पर जिहड़ी शब्दां दी गल आ ਉਹ ਬੁੱਧੀ ਤੋਂ ਪਰਾਂ ਦੀ ਗੱਲ ਆ, ਉਹਦੀ ਵਿਆਖਿਆ ਹੀ ਨਹੀਂ ਹੋ ਸਕਦੀ। ਤੁਸੀਂ ਇਹ ਵੇਖੋ, ਜੇ ਆਪਾਂ ਸ਼ਰਧਾ ਤੇ ਬੁੱਧੀ ਦੀ ਗੱਲ ਕਰੀਏ, ਸ਼ਰਧਾ ਜਿਹੜੀ ਸੀ ਉਹ ਬਾਬੇ ਨਾਨਕ ਨਾਲ ਰਬਾਬ ਵਜਾਉਂਦੀ ਸੀ, ਤੇ ਬੁੱਧੀ ਜਿਹੜੀ ਸੀ ਉਹ ਬਾਬੇ ਨਾਨਕ ਨੂੰ ਬੇਤਾਲਾ ਕਹਿੰਦੀ ਸੀ। ਸ਼ਰਧਾ ਜਿਹੜੀ ਸੀ ਉਹ ਦਸਵੇਂ ਪਾਤਸ਼ਾਹ ਵੇਲੇ ਜਦੋਂ ਖਾਲਸਾ ਪੰਥ ਦੀ ਸਾਜਣਾ ਹੋਈ ਉਦੋਂ ਸਿਰ ਦਿੰਦੀ ਸੀ, ਤੇ ਬੁੱਧੀ ਜਿਹੜੀ ਸੀ ਉਹ ਮਾਤਾ ਗੁਜਰੀ ਕੋਲੇ ਜਾ ਕੇ ਕਹਿੰਦੀ ਤੁਹਾਡਾ ਪੁੱਤ ਕਮਲਾ ਹੋ ਗਿਆ, ਇਹਦਾ ਲੋਕਾਂ ਦੇ ਸਿਰ ਆਪ ਹੀ ਵੱਢੀ ਜਾਂਦਾ। ਫਿਰ ਸ਼ਰਧਾ ਜਿਹੜੀ ਸੀ ਉਹ ਜਦੋਂ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਬੰਦੂਕ ਪਰਖਣੀ ਸੀ ਤਾਂ ਅੱਗੇ ਹੋ ਮਰਨ ਨੂੰ ਤਿਆਰ ਸੀ, ਤੇ ਬੁੱਧੀ ਜਿਹੜੀ ਸੀ ਉੱਥੋਂ ਪੰਡਾਲ ਚੋਂ ਉੱਠ ਕੇ ਜਾਣ ਲੱਗ ਗਈ ਸੀ ਵੀ ਇਹ ਤਾਂ ਗੁਰੂ ਦਾ ਕਮਲਾ ਹੋ ਗਿਆ ਇਹਨਾਂ ਦਾ। ਜੇ ਕਿਤੇ ਉਹ ਸ਼ਰਧਾ ਦੀ ਗੱਲ ਅਕਾਲ ਪੁਰਖ ਵਾਹਿਗੁਰੂ ਚ ਨਾ ਹੁੰਦੀ ਤਾਂ ਫਿਰ ਚਮਕੌਰ ਦੀ ਗਲੀ ਦਾ ਇਤਿਹਾਸ ਨਹੀਂ ਬਣਦਾ ਸੀ। ਜੇ ਸ਼ਰਧਾ ਬੁੱਧੀ ਤੋਂ ਵੱਡੀ ਨਾ ਹੁੰਦੀ ਫਿਰ ਜਿਹੜੇ ਮਿੱਥ ਸਿਰਜੇ ਗਏ ਆ ਇਤਿਹਾਸ ਚੋਂ ਵੀ ਸਿਰਜੇ ਜਾਣੇ ਸੀ। ਸੋ ਅੱਜ ਕੱਲ੍ਹ ਦੇ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਜਾਂ ਮਾਡਰਨ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਉਹ ਸਿਰਫ ਆਪਣੀ ਬੁੱਧੀ ਚੋਂ ਗੱਲ ਕਰਦੇ ਆ, ਉਹਨਾਂ ਨੂੰ ਸ਼ਰਧਾ ਵਾਲਾ ਸਿਲਸਿਲਾ ਉਹਨਾਂ ਨੂੰ ਸਮਝ ਹੀ ਨਹੀਂ ਇਸ ਗੱਲ ਦੀ। ਇੱਥੋਂ ਤੱਕ ਕਿ ਸਾਡੇ ਜਿਹੜੇ ਨਵੇਂ ਸਿੱਖ ਪ੍ਰਚਾਰਕ ਵੀ, ਸਿੱਖ ਪ੍ਰਚਾਰਕ ਵੱਡੇ ਵੱਡੇ ਕੱਖ ਉਹਨਾਂ ਦੇ ਹੁੰਦੇ ਆ, ਉਹ ਵੀ ਆ ਕੇ ਸਾਇੰਸ ਤੇ ਗਿਆਨ ਵਿਗਿਆਨ ਦੀਆਂ ਗੱਲਾਂ ਕਰਦੇ ਆ। ਪਰ ਇਹ ਗੱਲ ਪਹਿਲਾਂ ਸਾਡੇ ਕਲਚਰ ਚ ਸਾਡੇ ਸੱਭਿਆਚਾਰ ਚ ਨਹੀਂ ਸੀ, ਇਹ ਨਵੀਆਂ ਗੱਲਾਂ ਹੋਈਆਂ। ਆਈਆਂ ਕਿੱਥੋਂ ਆ? ਇਹ ਆਈਆਂ ਵੈਸਟਰਨ ਸਿਵਲਾਈਜੇਸ਼ਨ ਚੋਂ, ਜਿਹੜਾ ਪੱਛਮੀ ਦੁਨੀਆ ਦਾ ਗਿਆਨ ਵਿਗਿਆਨ ਆ। ਜਦੋਂ ਉਹਨਾਂ ਨੇ ਤਾਂ ਸਾਰਾ ਕੁਛ ਇਹੀ ਮੰਨ ਲਿਆ ਨਾ ਵੀ ਜੋ ਤਰਕ ਦੇ ਆਧਾਰ ਤੇ ਜਿਸ ਚੀਜ਼ ਦੀ ਵਿਆਖਿਆ ਕੀਤੀ ਜਾ ਸਕਦੀ ਆ ਉਹੀ ਸੱਚ ਆ, ਜਿਹਦੀ ਵਿਆਖਿਆ ਤਰਕ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ ਉਹ ਸੱਚ ਨਹੀਂ। ਇਹ ਮਾਡਰਨ ਐਜੂਕੇਸ਼ਨ ਇਹ ਕਹਿੰਦੀ ਹੈ। ਪਰ ਜਦੋਂ ਆਪਾਂ ਅਧਿਆਤਮ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਸ਼ਰਧਾ ਦੀ ਗੱਲ ਕਰਦੇ ਹਾਂ, ਉੱਥੇ ਫਿਰ ਕੋਈ ਤਰਕ ਨਹੀਂ, ਉੱਥੇ ਕੋਈ ਵਿਆਖਿਆ ਨਹੀਂ, ਕਿਉਂਕਿ ਇਹ ਗੱਲ ਉਹ ਤੋਂ ਪਰਾਂ ਦੀ ਹੈ, ਇਹ ਦੁਨੀਆ ਹੀ ਪਰਾਂ ਦੀ ਹੈ। ਤੇ ਕਈ ਵਾਰੀ ਉਮਰਾਂ ਤੇ ਜ਼ਿੰਦਗੀਆਂ ਤੇ ਤੁਸੀਂ ਇਹ ਕਹਿ ਲਓ ਵੀ ਜਨਮ ਮਰਨ ਲੱਗ ਜਾਂਦੇ ਆ, ਬੰਦੇ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ, ਇਹ ਗੱਲ ਨੂੰ ਸਮਝ ਹੀ ਨਹੀਂ ਸਕਦੇ, ਕਿਉਂਕਿ ਜਿਹੜੀ ਸੋਝੀ ਪਰਮਾਤਮਾ ਨੇ ਦਿੱਤੀ ਆ ਇੱਥੇ, ਜਿਹਨੂੰ ਆਪਾਂ ਤੀਜਾ ਨੇਤਰੀ ਕਹਿ ਦਿੰਦੇ ਹਾਂ, ਜਿਹੜੀ ਸੋਝੀ ਦਿੱਤੀ ਆ ਉਹ ਚੱਕਰ ਖੋਲਣ ਵਾਸਤੇ ਵੀ ਤੁਹਾਨੂੰ ਇੱਕ ਵਾਰੀ ਜਮਾਂ ਆਪਦੇ ਆਪ ਨੂੰ ਸਮਰਪਣ ਕਰਨਾ ਪੈਂਦਾ। ਤੇ ਜੇ ਸਮਰਪਣ ਦਾ ਢੰਗ ਹੀ ਨਹੀਂ ਸਾਨੂੰ ਪਤਾ, ਅਸੀਂ ਸ਼ੱਕ ਹੀ ਕਰਦੇ ਰਹਾਂਗੇ ਆਪਦੇ ਪੈਗੰਬਰਾਂ ਤੇ, ਆਪਦੇ ਅਕੀਦਿਆਂ ਅਕੀਦਿਆਂ ਤੇ, ਆਪਦੇ ਫਲਸਫਿਆਂ ਤੇ। ਜਿਵੇਂ 26 ਤਰੀਕ ਨੂੰ ਇਹੋ ਜਿਹਾ ਵਰਤਾਰਾ ਵਾਪਰਿਆ, ਚੈਨਲਾਂ ਨੇ ਕੀ, ਸਾਡੇ ਬੰਦਿਆਂ ਨੇ ਕੀ, ਸਾਨੂੰ ਸਾਡੇ ਤੋਂ ਬਹੁਤੇ ਬੰਦੇ ਨਿਸ਼ਾਨ ਸਾਹਿਬ ਤੋਂ ਹੀ ਹੋਣ ਕਰਕੇ ਆ ਗਏ, ਉਹ ਬੁੱਧੀ ਸੀ। ਪਰ ਜੇ ਤੁਸੀਂ ਸ਼ਰਧਾ ਦੀ ਗੱਲ ਕਰਦੇ ਹੋ, ਜੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਲੋ ਅੱਜ ਗੁਰਦੁਆਰਾ ਸਾਹਿਬ ਬੈਠੇ ਆ, ਮੈਨੂੰ ਦੱਸੋ ਇਸ ਇਸ਼ਟ ਤੋਂ ਬਿਨਾਂ, ਉਸ ਨਿਸ਼ਾਨ ਤੋਂ, ਅਕਾਲ ਦੇ ਨਿਸ਼ਾਨ ਤੋਂ ਬਿਨਾਂ ਸਾਡੀ ਕੋਈ ਹੋਂਦ ਹੈਗੀ? ਸੋ ਹੋਂਦ ਦੀ ਲੜਾਈ ਕੀ ਲੜ ਰਹੇ ਹਾਂ ਅਸੀਂ? ਇੱਡੀ ਕਿੱਡੀ ਕੁ ਵਿਪਤਾ ਆ ਗਈ ਸਾਡੇ ਤੇ, ਇਹ ਗੱਲ ਵੀ ਆਪਾਂ ਸਮਝੀ, ਕਿੱਡੀ ਕੁ ਵਿਪਤਾ ਆ ਗਈ ਵੀ ਗੱਲ ਇਹ ਤੁਰ ਪਈ, ਕਾਨੂੰਨ ਹੀ ਆ ਤਿੰਨ, ਪਰ ਗੱਲ ਤੁਰ ਪਈ ਵੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਬਹੁਤ ਲੋਕਾਂ ਦੇ ਇਹ ਵੀ ਗੱਲ ਸਮਝ ਨਹੀਂ ਆਉਂਦੀ, ਹੋਂਦ ਆ ਜਿਹੜੀ ਸਾਡੀ ਹੋਂਦ ਤੇ ਹਸਤੀ, ਇਹ ਸਾਡੇ ਵਿੱਚ ਸਾਡੇ ਸੱਭਿਆਚਾਰ ਨੇ ਪੈਦਾ ਕਰਨੀ ਹੁੰਦੀ ਹੈ। ਤੇ ਸੱਭਿਆਚਾਰ ਕਿਸੇ ਵੀ ਧਰਤੀ ਦਾ, ਹੋਰਾਂ ਧਰਤੀਆਂ ਦੀ ਗੱਲ ਕਰ ਲਓ, ਪੱਛਮੀ ਦੇਸ਼ਾਂ ਦੀ ਗੱਲ ਕਰ ਲਓ, ਚਾਹੇ ਅਰਬ ਦੇਸ਼ਾਂ ਦੀ ਗੱਲ ਕਰ ਲਓ ਜਾਂ ਆਪਣੀ ਗੱਲ ਕਰ ਲਓ, ਸੱਭਿਆਚਾਰ ਜਦੋਂ ਵਿਕਸਿਤ ਹੋਣਾ, ਉਹ ਧਰਤੀ ਦੇ ਨਾਲ ਜੁੜੀਆਂ ਹੋਈਆਂ ਰੀਤੀ ਰਿਵਾਜਾਂ, ਉਹਦੇ ਨਾਲ ਜੁੜੇ ਹੋਏ ਜੀਵਨ ਸ਼ੈਲੀ ਤੋਂ ਵਿਕਸਿਤ ਹੋਣਾ। ਤੇ ਖੇਤੀ, ਇਹ ਦੇਖੋ ਜਦੋਂ ਸਾਡੇ ਬਾਬੇ ਨਾਨਕ ਨੇ ਵੀ ਇਹ ਪਿਰਤਾਂ ਪਾਈਆਂ ਵੀ ਕਿਰਤ ਕਰੋ, ਵੰਡ ਕੇ ਛੱਡੋ ਤੇ ਨਾਮ ਜਪੋ, ਕਿਰਤ ਦਾ ਮਤਲਬ ਹੀ ਉਹ ਖੇਤੀ ਸੀ। ਉਸ ਇਨਸਾਨ ਦਾ ਪਹਿਲਾ ਜਿਹੜਾ ਕੰਮ ਮੰਨਿਆ ਗਿਆ
ਉਹ ਧਰਤੀ ਚੋਂ ਅਨਾਜ ਪੈਦਾ ਕਰਨਾ ਉਹ ਖੇਤੀ ਸੀ। ਪੁਰਾਣੇ ਸਮਿਆਂ ਚ ਬਿਜ਼ਨਸ ਨਹੀਂ ਹੁੰਦੇ ਸੀ, ਅਨਾਜ ਹੀ ਇੱਕ ਦੂਜੇ ਨੂੰ ਦੇ ਕੇ ਅਸੀਂ ਅਦਲਾ ਬਦਲੀ ਕਰਕੇ ਕੰਮ ਸਾਰ ਲੈਂਦੇ ਹੁੰਦੇ ਸੀ। ਸੋ ਖੇਤੀ ਨੇ ਸਾਨੂੰ ਇੱਕ ਸੱਭਿਆਚਾਰ ਦਿੱਤਾ, ਇੱਕ ਜੀਵਨ ਸ਼ੈਲੀ ਦਿੱਤੀ ਹੈ। ਜਿੱਥੇ ਤੁਸੀਂ ਪਿੰਡਾਂ ਚ ਜਿਵੇਂ ਅਸੀਂ ਰਹਿੰਦੇ ਹਾਂ, ਦੇਖੋ ਸ਼ਹਿਰਾਂ ਦਾ ਤਾਂ ਕੋਈ ਮੂੰਹ ਸਿਰ ਹੀ ਨਹੀਂ ਹੁੰਦੇ। ਸ਼ਹਿਰਾਂ ਚ ਤਾਂ ਅੱਜ ਕੱਲ੍ਹ ਆਪਾਂ ਬਠਿੰਡੇ ਹੀ ਦੇਖ ਲਓ ਜਾਂ ਫਰੀਦਕੋਟ ਦੇਖ ਲਓ ਤੁਸੀਂ, ਜਿਹੜਾ ਸ਼ਹਿਰ ਆ ਇੱਕ ਘਰ ਵਾਲੇ ਦੂਜੇ ਘਰ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕੌਣ ਰਹਿੰਦਾ, ਉਹਨਾਂ ਦੀ ਜ਼ਿੰਦਗੀ ਚ ਕੀ ਪ੍ਰੋਬਲਮ ਆ ਕੀ ਨਹੀਂ ਪ੍ਰੋਬਲਮ ਆ। ਪਰ ਪਿੰਡਾਂ ਚ ਇਹ ਗੱਲ ਨਹੀਂ ਆ, ਪਿੰਡਾਂ ਦਾ ਅੱਜ ਵੀ ਮੂੰਹ ਸਿਰ ਆ, ਪਿੰਡਾਂ ਚ ਅੱਜ ਵੀ ਚਿਹਰਾ ਇੱਕ ਪਿੰਡ ਦਾ ਜਿੱਥੇ ਅਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ। ਤੇ ਜਿਹੜੇ ਨਵੇਂ ਤਿੰਨ ਖੇਤੀ ਕਾਨੂੰਨ ਆਏ ਆ, ਇਹ ਉਸ ਖੇਤੀ ਜਾਂ ਉਸ ਖੇਤੀਬਾੜੀ ਦੇ ਸਾਰੇ ਸਿਸਟਮ ਨੂੰ ਕੰਟਰੋਲ ਕਰਨ ਵਾਸਤੇ ਲਾਗੂ ਕੀਤੇ ਗਏ ਆ। ਜਦੋਂ ਖੇਤੀਬਾੜੀ ਨੂੰ ਕੰਟਰੋਲ ਕਰ ਲਿਆ ਤੇ ਕੰਟਰੋਲ ਕੌਣ ਕਰੂ, ਵੱਡੀਆਂ ਵੱਡੀਆਂ ਕੰਪਨੀਆਂ ਦੇ। ਜਦੋਂ ਖੇਤੀਬਾੜੀ ਨੂੰ ਕੰਟਰੋਲ ਕਰ ਲਿਆ ਤੇ ਸਾਡੀ ਜਿਸ ਤਰ੍ਹਾਂ ਦੀ ਅੱਜ ਰਹਿਣੀ ਸਹਿਣੀ ਜਾਂ ਜੀਵਨ ਸ਼ੈਲੀ ਹੈ, ਇਹਨੇ ਬਦਲਣਾ ਹੀ ਬਦਲਣਾ। ਔਰ ਇਹ ਸਾਰਾ ਵਰਤਾਰਾ ਪੱਛਮੀ ਦੇਸ਼ਾਂ ਚ ਵਾਪਰ ਚੁੱਕਿਆ। ਉੱਥੇ ਅੱਜ ਤੋਂ 50-50 ਸਾਲ ਪਹਿਲਾਂ, ਉੱਥੇ 70 ਸਾਲਾਂ ਪਹਿਲਾਂ ਪਿੰਡ ਵੱਸਦੇ ਹੁੰਦੇ ਸੀ। ਉਹਨਾਂ ਦਾ ਵੀ ਜਿਵੇਂ ਆਪਾਂ ਪਿੰਡਾਂ ਚ ਰਹਿੰਦੇ ਹਾਂ, ਉਹ ਵੀ ਪਿੰਡਾਂ ਚ ਰਹਿੰਦੇ ਸੀ ਲੋਕ, ਪਰ ਉਹ ਪਿੰਡ ਉੱਜੜ ਗਏ। ਅੱਜ ਉੱਥੇ ਟਾਵਾਂ ਟਾਵਾਂ ਘਰ ਆ ਪਿੰਡਾਂ ਦਾ, ਉਹਨੂੰ ਕੰਟਰੀ ਸਾਈਡ ਕਹਿੰਦੇ ਆ। ਉਹਨਾਂ ਨੇ ਭਾਸ਼ਾ ਵੀ ਬਦਲਤੀ, ਹੁਣ ਉੱਥੇ ਉਹ ਵਿਲੇਜਸ ਨਹੀਂ ਰਹਿ ਗਏ ਜਿਹਨੂੰ ਆਪਾਂ ਪਿੰਡ ਕਹਿੰਦੇ ਹਾਂ, ਉਹਨਾਂ ਨੇ ਭਾਸ਼ਾ ਹੀ ਬਦਲਤੀ ਵੀ ਇਹ ਤਾਂ ਕੰਟਰੀ ਸਾਈਡ ਆ ਸਾਡੀ, ਤੇ ਉੱਥੇ ਟਾਵਾਂ ਟਾਵਾਂ ਘਰ ਆ। ਪਿੰਡ ਪਿੰਡ ਉਹਨਾਂ ਦੇ ਉੱਜੜ ਗਏ ਤੇ ਸ਼ਹਿਰ ਦਾ ਕੋਈ ਮੂੰਹ ਸਿਰ ਨਹੀਂ ਹੈ। ਉੱਥੇ ਉਹਨਾਂ ਦਾ ਸੱਭਿਆਚਾਰ ਜਿਹੜੇ ਨਵੇਂ ਆਪਾਂ ਖੇਤੀ ਕਾਨੂੰਨ ਜਿਹਨੂੰ ਕੈਪੀਟਲਿਸਟਿਕ ਆਪਾਂ ਸੋਸਾਇਟੀ ਕਹਿੰਦੇ ਹਾਂ, ਉਹ ਖਾ ਗਿਆ। ਉਹਨਾਂ ਦੇ ਰਿਲੀਜੀਅਸ ਇੰਸਟੀਟਿਊਸ਼ਨਸ ਨੂੰ ਖਾ ਗਿਆ, ਉਹਨਾਂ ਦੇ ਫੈਮਿਲੀ ਇੰਸਟੀਟਿਊਸ਼ਨਸ ਨੂੰ ਖਾ ਗਿਆ, ਜਿਹੜਾ ਪਰਿਵਾਰਕ ਇਕਾਈਆਂ ਉਹਨੂੰ ਖਾ ਗਿਆ। ਤੇ ਅਸੀਂ ਜੇ ਕਹਿ ਰਹੇ ਹਾਂ ਕਿ ਸਾਡੀ ਹੋਂਦ ਦੀ ਲੜਾਈ ਆ, ਉਹਦਾ ਮਤਲਬ ਵੀ ਇਹ ਹੈ ਕਿ ਸਾਡੀ ਖੇਤੀਬਾੜੀ ਤੇ ਕੰਟਰੋਲ ਆ ਗਿਆ ਨਾ ਇਹਨਾਂ ਕੰਪਨੀਆਂ ਦਾ ਜਾਂ ਸਰਕਾਰਾਂ ਦਾ, ਤੇ ਸਾਡਾ ਰਹਿਣਾ ਸਹਿਣਾ, ਸਾਡੀ ਜੀਵਨ ਸ਼ੈਲੀ, ਸਾਡੀ ਜਿਉਣ ਦੇ ਢੰਗ ਹੀ ਬਦਲ ਦੇਣਗੇ। ਤੇ ਹੌਲੀ ਹੌਲੀ ਗੱਲ ਪਹੁੰਚੋ ਇੱਥੋਂ ਤਾਈ ਵੀ ਜਿਹੜੀਆਂ ਜ਼ਮੀਨਾਂ ਦੇ ਅਸੀਂ ਅੱਜ ਮਾਲਕ ਬਣੇ ਬੈਠੇ ਹਾਂ, ਉਹ ਫਿਰ ਮੁਜ਼ਾਰਿਆਂ ਤੋਂ ਮਾਲਕ ਬਣੀ ਸੀ ਤੇ ਵਾਪਸ ਫਿਰ ਉਹੀ ਮੁਜ਼ਾਰਿਆਂ ਤੱਕ ਪਹੁੰਚ ਜਾਂਦੀ। ਔਰ ਇਹ ਹੋਣਾ ਇਹ ਪੱਛਮੀ ਦੇਸ਼ਾਂ ਚ ਹੋ ਚੁੱਕਿਆ, ਔਰ ਇੱਥੇ ਜੇ ਇਹ ਲਾਗੂ ਹੋ ਗਏ ਇਹਨੇ ਹੋਣਾ ਹੀ ਹੋਣਾ। ਤੋ ਇਸ ਕਰਕੇ ਜਦੋਂ ਆਪਦੇ ਪਿੰਡ ਬਚਾਉਣੇ ਆ, ਆਪਦੇ ਖੇਤ ਬਚਾਉਣੇ ਆ, ਇਸ ਕਰਕੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਆਪਦਾ ਸੱਭਿਆਚਾਰ ਬਚਾਉਣਾ, ਅਸੀਂ ਆਪਦਾ ਇਤਿਹਾਸ ਬਚਾਉਣਾ, ਆਪਦੇ ਫਲਸਫੇ ਬਚਾਉਣੇ ਆ, ਤੇ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਪਹਿਲੀ ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਸੀ, ਕਿਉਂਕਿ ਕਾਨੂੰਨ ਤਾਂ ਪਹਿਲਾਂ ਵੀ ਬਹੁਤ ਲਾਗੂ ਹੋਏ ਆ, ਬੜੀ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਸਰਕਾਰਾਂ ਲੈ ਕੇ ਆ ਗਈਆਂ, ਪਰ ਇਸ ਵੇਲੇ ਕਿਉਂ ਹੋ ਗਿਆ, ਸਾਰੇ ਆਪਾਂ ਉੱਠ ਕੇ ਕਿਉਂ ਖੜੇ ਹੋ ਗਏ, ਕਦੇ ਇੰਨਾ ਵੱਡਾ ਭਾਰ ਵੀ ਪਹਿਲਾਂ ਆਇਆ ਹੋਵੇ ਕਿਸਾਨੀ ਸੰਘਰਸ਼ 'ਚ। ਕਿਸਾਨਾਂ ਨੇ ਤਾਂ ਬਹੁਤ ਸੰਘਰਸ਼ ਕੀਤੇ ਆ ਸਮੇਂ ਸਮੇਂ ਤੋਂ, ਕਿਸਾਨ 1950-60 'ਚ ਮੈਨੂੰ ਲੱਗਦਾ ਕਿਸਾਨ ਯੂਨੀਅਨ ਉਹ ਹੋਂਦ 'ਚ ਆ ਗਈਆਂ ਸੀ, ਉਦੋਂ ਤੋਂ ਸੰਘਰਸ਼ ਕਰਦੇ ਆ ਰਹੇ ਆ। ਪਰ ਗੱਲ ਹੁਣ ਬਦਲਣੀ ਆ, ਗੱਲ ਆ ਗਈ ਵਿਰਸੇ ਤੇ। ਤੇ ਤੁਸੀਂ ਸਾਰੇ ਜਦੋਂ ਪਿੰਡਾਂ ਪਿੰਡਾਂ ਚੋਂ ਹੋਰ ਸਾਰੇ ਪਾਸੇ ਸ਼ਹਿਰਾਂ ਚੋਂ ਵੀ ਲੋਕ ਵੱਗ ਗਏ, ਮੈਂ ਬੰਬੇ ਉੱਠ ਕੇ ਆ ਗਿਆ, ਕਿਉਂ ਆ ਗਿਆ, ਕੀ ਲੋੜ ਪਈ ਸੀ? ਜਿਹੜੀਆਂ ਗੱਲਾਂ ਕਹਿਣੀਆਂ ਵੀ ਚੋਣਾਂ ਲੜਨ ਆਇਆ ਜੀ, ਇਹ ਤਾਂ ਫਲਾਨਾ ਆ ਦੇਖ ਲਓ 2022, ਇਹ ਤਾਂ ਕੋਈ ਖਾਸ ਗੱਲ ਨਹੀਂ, 2022 ਨਾ ਆਪਾਂ ਨਾ ਲੜਦੀਆਂ ਨਾ ਉਹ ਲੜਨ ਆਏ ਹਾਂ, ਪਰ ਕਿਉਂ ਆਇਆ? ਕਿਉਂਕਿ ਵਿਰਸਾ ਜਾ ਕੇ ਆ ਕਿਤੇ ਨਾ ਕਿਤੇ, ਜਿਵੇਂ ਤੁਹਾਡੇ ਅੰਦਰ ਜਾ ਕੇ ਆ, ਤੁਸੀਂ ਚੋਣਾਂ ਲੜਦੀਆਂ ਕਿਸੇ ਨੇ ਦੱਸੋ, ਹੋ ਸਕਦਾ ਕਈਆਂ ਬੰਦਿਆਂ ਕੋਲੇ ਆਪਣੇ ਕੋਲੇ ਜ਼ਮੀਨ ਵੀ ਨਾ ਹੋਵੇ, ਕਈ ਇਹੋ ਜਿਹੇ ਬੰਦੇ ਵੀ ਉੱਥੇ ਬੈਠੇ ਸੀ, ਉਹਨਾਂ ਕੋਲੇ ਕੋਈ ਜ਼ਮੀਨ ਨਹੀਂ ਸੀ, ਪਰ ਕਹਿੰਦੇ ਯਾਰ ਆਪਣੀ ਹੋਂਦ ਨੂੰ ਅਸੀਂ ਬਚਾ ਕੇ ਰੱਖਣਾ, ਆਪਦੇ ਸੱਭਿਆਚਾਰ ਨੂੰ, ਆਪਦੇ ਵਿਰਸੇ ਨੂੰ ਬਚਾ ਕੇ ਰੱਖਣਾ, ਇਹ ਸਾਡੀ ਵੀ ਲੜਾਈ ਹੈ। ਸੋ ਗੱਲ ਕਿਸਾਨੀ ਤੋਂ ਵੱਧ ਕੇ ਇਹਦਾ ਦਾਇਰਾ ਬਹੁਤ ਵੱਡਾ ਹੋ ਗਿਆ, ਤੇ ਕਿਸਾਨੀ ਤੋਂ ਵੱਧ ਕੇ ਪੰਜਾਬ ਦੀ ਹੋਂਦ ਦੀ ਲੜਾਈ ਬਣ ਗਈ। ਔਰ ਇਹ ਪਿੰਡਾਂ ਪਿੰਡਾਂ ਚ ਗੱਲ ਮਹਿਸੂਸ ਹੋਈ, ਤੇ ਉਹਦੀ ਜਿਹੜੀ ਅੰਦਰੋਂ ਚੀਸ ਪਈ ਸਾਡੇ ਰੂਹਾਂ ਦੇ, ਉਸ ਗੱਲ ਨੇ ਸਾਨੂੰ ਇਸ ਧਰਨੇ ਨਾਲ, ਇਸ ਮੋਰਚੇ ਨਾਲ ਜੋੜਿਆ ਵੀ ਅਸੀਂ ਦਿੱਲੀ ਦੀਆਂ ਜੂਹਾਂ ਤੇ ਜਾ ਕੇ ਬਹਿ ਗਏ, ਜਾਂ ਤੁਸੀਂ ਪਿੰਡ ਬੈਠੇ ਵੀ ਇੱਥੋਂ ਜਿਹੜੇ ਬੰਦੇ ਘੱਲੇ, ਰਾਸ਼ਨ ਘੱਲੇ, ਉੱਥੇ ਲੰਗਰ ਲਾਏ, ਸੇਵਾ ਕੀਤੀ, ਜਿਸ ਤਰ੍ਹਾਂ ਦਾ ਮਾਹੌਲ ਸੀ ਉਹ ਬਾਕਮਾਲ ਸੀ। ਮੈਨੂੰ ਲੱਗਦਾ ਬਹੁਤ
संगत चो जो इतने शख्सियत बैठी बहुत उत्थे गए भी होने हुण अगली गल की है। अगली गल यही है भी साडा जिहड़ा सभ्याचार असी गुरद्वारा साहब इकट्ठे हुए हैं संगत रूपी रूप च बैठे हैं ये साडा सभ्याचार है। इकला धर्म नहीं है क्योंकि सभ्याचार धर्म पंजाब च आपां जिवें खेती ते सिखी तो बिना पंजाब नहीं कल्पिया जा सकता। जे असीं कहीए भी खेती तो बिना पंजाब कल्पलांगे या सिखी तो बिना कल्पलांगे क्यों क्योंकि गुरुआं पीरां दी धरती है। इत्थे तां साडे तुसीं वेख लो फलसफे ही होगा जो साडे पैगंबर साहब सिखा गए। असीं निशान साहब नूं कल्ला ही कह लईए कि यार तुहाडा धर्म दा झंडा सी, नहीं धर्म दा झंडा नहीं उहदा अकाल पुरख दा चिन्ह है। ते जदों कौमां लड़दियां ना कौमां दे लड़न वेले चिन्ह बड़े इंपोर्टेंट होंगे तिरंगा उत्ते हो गया नहीं तिरंगे की असीं इज्जत करते हैं पर साडे लई साडा निशान साहब तो बहुत वड्डा ते बहुत वड्डा रुतबा बोले सो इंसान रूपी जिंदगी जो तुम जीवा सिख ने जीवा ज्यो ही नहीं सकता। दसवें पातशाह ने एक गल कही सी राज बिना ना धर्म चले है धर्म बिना सब दले बने है। क्यों सियासत ते धर्म नूं जोड़ता क्योंकि सियासत जिहड़ी करनी है वह अकाल पुरख की करनी है। अकाल पुरख की सियासत की है आ मखलूक आ गरीब गुरबे अकाल पुरख की मखलूक आ अकाल पुरख के लोग उन्हां दी सियासत करो उन्हां दी खातर लड़ो जरवाने की भाख्या करो ते गरीबां की रक्षा करो। जिहड़ा जुल्म करदा उहदे खिलाफ आवाज उठाउणी उठाउणी आ। साडे लई कोई असीं कह दईए वी नहीं आ फलाना तां साडे बंदे नहीं आ उत्थे उहनां दे जुल्म हो रहे आ आपां नहीं आवाज उठावांगे इह तां सिख नहीं हो सकदे। सिखां दा तां परपस दे जिहड़ा मंत वी बड़ा वड्डा ब्रह्मांड दा मंत जिथे किते वी कोई जुल्म हो रहा किसी भी सूरत च हो रहा किसी भी रूप च हो रहा जे कोई सिख असर होगा गुरु साहब का सिख होगा तो उसके खिलाफ आवाज उठाऊगा ही उठा। हुण जदों असीं लड़ रहे हैं सरकार के खिलाफ ही लड़ाई है ना भी कानून तुसीं रद्द कर लो ते उत्थे असीं उस अकाल पुरख वाहिगुरू दे चिन्ह दे अधीन लड़ रहे हैं उहदे च साडे धर्मां दे भी लगेगा साडे ते टैक्टरां दे भी लगेगा। इही गल मैं क्यों कर रहा हां आपके अकीदियां ते मजबूत हो आपके चिन्हां दी उस अजमत जो होनी चाहिए है साडे चिन्हां दी उस अजमत नूं बरकरार रखो ते दृढ़ विश्वास रखो भी जे सानूं जित मिलूगी इहदे थले ही मिलूगी। सानूं जित कोई होर झंडे नहीं दे सकते कोई होर किसी फलसफे नहीं दे सकते किसी होर धरतियां दे सानूं साडे फलसफियां ने जित दित्तियां ते साडे फलसफियां ने जित देनियां इतिहास ही असल उन्हां फलसफियां दे थले रचे आ। हुण किसान यूनियन साडे बजुर्ग आ साडे आगू आ असीं उन्हां दी इज्जत करदे आ असीं अज वी इह कहिंदे आ वी इकट्ठे रल मिल के आपां लड़ीए असीं इक दूजे तों वक्ख नहीं आ पर उन्हां दी इक लिमिटेशन समझनी पैणी आ सानूं। अज तक किसान यूनियन हुण यूनियन की हुंदी आ जिहड़ी यूनियन आ ना उह इक ट्रेड यूनियन हुंदी आ ट्रेड यूनियन इन्होंने हमेशा ही आर्थिक लड़ाइया लड़िया कितने मुआवजे दवाते मुआवजे ले ले फसलों के मुल वधा ले कोई होर किसी तरह की आर्थिक लड़ाई जिवें कितने कुरकी हो रही है उन्होंने रोकता ये लड़ाइया लड़िया। सो आर्थिक लड़ाई
ਜਦੋਂ ਲੜਾਈ ਦਾ ਰੂਪ ਰੇਖਾ ਵੱਖਰੀ ਹੋਵੇ ਉਹਨੂੰ ਸਮਝਣਾ ਵੀ ਬੜੀ ਜ਼ਰੂਰੀ ਹੁੰਦਾ ਲੀਡਰਸ਼ਿਪ ਲਈ। ਇੱਥੇ ਇਕੱਲੀ ਆਰਥਿਕ ਲੜਾਈ ਨਹੀਂ ਸੀ, ਇਹ ਇਕੱਲੀ ਐਮਐਸਪੀ ਦੀ ਲੜਾਈ ਲੜ ਰਹੇ, ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਮਤਲਬ ਤੁਸੀਂ ਇੱਕ ਇਹੋ ਜਿਹੇ ਵਹਿਮ ਨੂੰ ਖਤਮ ਪਾ ਰਹੇ ਹੋ ਜਿਹੜੇ ਵਹਿਮ ਨੇ ਸਾਰੀ ਦੁਨੀਆਂ 'ਚ ਇੱਕ ਤਰ੍ਹਾਂ ਦਾ ਸਮਾਜ ਪੈਦਾ ਕਰਤਾ। ਪਿੰਡ ਹੀ ਖੋਲ ਕੇ ਅਸੀਂ ਪਿੰਡਾਂ 'ਚ ਵੜ ਕੇ ਤੇ ਜਿਹੜੇ ਬਾਹਰ ਬੈਠੇ NRI ਅਜੇ ਉਹ ਪੰਜਾਬ ਤੋਂ ਖੁੱਲ ਕੇ ਸਾਡੇ ਪਹਿਲੇ ਖੁਸ਼ ਹੀ ਰਹਿਣਾ, ਆਪਣੀ ਲੜਕੀ ਹੋ ਜੂ ਸਾਡੇ ਹੱਥੋਂ ਦਾ, ਫਿਰ ਸਾਡਾ ਸੱਭਿਆਚਾਰ ਸਾਡੇ ਪੱਲੇ ਕੱਟ ਰਹੇ। ਸੋ ਨਾਲ ਨਾਲ ਆਰਥਿਕ ਲੜਾਈ ਦੇ ਨਾਲ ਨਾਲ ਇਹ ਸੱਭਿਆਚਾਰਕ ਹੋਂਦ ਦਾ ਮਸਲਾ ਬਣਿਆ ਹੋਇਆ। ਇਸ ਕਰਕੇ ਸਾਡੇ ਅੰਦਰ ਜਿਹੜਾ ਵਿਰਸਾ ਜਾਗਿਆ, ਅਸੀਂ ਜਾ ਕੇ ਉੱਥੇ ਬੈਠੇ ਹਾਂ, ਕਈ ਵਾਰੀ ਬੰਦੇ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੁੰਦੀ ਤੇ ਇਹ ਸਮਝ ਕਿਸਾਨ ਲੀਡਰਸ਼ਿਪ ਨੂੰ ਵੀ ਨਹੀਂ ਆਈ ਅੱਜ ਤੱਕ। ਤਾਂ ਅਸੀਂ ਵਾਰ ਵਾਰ ਕਹਿੰਦੇ ਹਾਂ ਜਿਹੜਾ ਕਿਸਾਨੀ ਦੀ ਗੱਲ ਕਰੋ, ਕਿਸਾਨੀ ਦੀ ਗੱਲ ਕਰੋ, ਨਹੀਂ ਸਾਡੀ ਸੱਭਿਆਚਾਰਕ ਹੋਂਦ ਦਾ ਮਸਲਾ, ਕਿਉਂਕਿ ਮਸਲਾ ਸਾਡੀਆਂ ਜ਼ਮੀਨਾਂ ਨਾਲ ਜੁੜਿਆ ਹੋਇਆ, ਸਾਡੀ ਖੇਤੀ ਨਾਲ ਜੁੜਿਆ ਹੋਇਆ, ਸਾਡੀ ਸਾਡੀ ਰਹਿਣੀ ਸਹਿਣੀ ਨਾਲ ਜੁੜਿਆ ਹੋਇਆ। ਹੁਣ ਇਸੇ ਕਰਕੇ ਇੱਥੇ ਸਿੰਘ ਕਿਸਾਨ ਹੋਏ ਅਸੀਂ ਸਰਕਾਰ ਨਾਲ ਜਾਂ ਜਿਹਨੂੰ ਕਹਿ ਦਿੰਦੇ ਹਾਂ ਸਟੇਟ। ਹੁਣ ਸਟੇਟ ਕੀ ਹੈ, ਕਈ ਵਾਰੀ ਸਾਨੂੰ ਇਹ ਵੀ ਨਹੀਂ ਸਮਝ ਆਉਂਦੀ। ਸਟੇਟ ਪੁਲਿਸ ਡਿਪਾਰਟਮੈਂਟ, CBI, ਇਲੈਕਸ਼ਨ ਕਮਿਸ਼ਨ, ED, NIA, ਕ੍ਰਾਈਮ ਬ੍ਰਾਂਚ, ਹਾਈ ਕੋਰਟ, ਸੁਪਰੀਮ ਕੋਰਟ, ਇਹ ਸਾਰੇ ਜਿਹੜੇ ਇੰਸਟੀਟਿਊਟਸ ਆ ਨਾ, ਅਦਾਰੇ ਆ ਇਹ ਜਿਹੜੇ ਸਾਰੇ, ਇਹ ਮਿਲ ਕੇ ਇੱਕ ਸਟੇਟ ਦਾ ਰੂਪ ਪੈਦਾ ਕਰਦੇ ਆ। ਤੇ ਸਰਕਾਰ ਜਿਹੜੇ ਹੁਕਮਰਾਨ ਆ ਜਿਹਨਾਂ ਨੂੰ ਆਪਾਂ ਵੋਟਾਂ 'ਚ ਜਿਤਾਉਂਦੇ ਹਾਂ, ਉਹ ਜਾ ਕੇ ਉੱਥੇ ਬਹਿ ਕੇ ਇਹ ਤੈਅ ਕਰਦੇ ਆ ਵੀ ਇਹ ਸਾਰੇ ਅਦਾਰਿਆਂ ਨੂੰ ਕਿਵੇਂ ਕੰਮ ਕਰਾਉਣਾ, ਤੇ ਇਹਨਾਂ ਦੇ ਪਿੱਛੇ ਜਿਹੜੇ IAS IPS ਅਫਸਰ ਬੈਠੇ ਹੁੰਦੇ ਆ ਉਹ ਫਿਰ ਇਹਨਾਂ ਦੀਆਂ ਪਾਲਿਸੀਆਂ ਘੜਦੇ ਆ ਤੇ ਇਹਨਾਂ ਨੂੰ ਚਲਾਉਂਦੇ ਆ। ਫਿਰ ਇਹਨਾਂ ਦੀ ਕੋਲੇ ਬੜੀ ਵੱਡੀ ਇੱਕ ਜਿਹੜਾ ਦਬਦਬਾ ਪੈਦਾ ਕਰਨਾ ਸਟੇਟ ਲਈ, ਤੁਹਾਡੀ ਮਾਨਸਿਕਤਾ 'ਚ ਡਰ ਪੈਦਾ ਕਰਨਾ ਤੇ ਤੁਹਾਨੂੰ ਆਪਣੇ ਗੁਲਾਮ ਬਣਾਉਣਾ, ਇਹ ਸਟੇਟ ਆਹੀ ਕੰਮ ਕਰਦੀ ਹੈ। ਗੁਲਾਮ ਕਿਉਂ ਬਣਾਉਣਗੇ, ਕਿਉਂਕਿ ਫਿਰ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਉਣਗੇ, ਜਿਸ ਤਰ੍ਹਾਂ ਦੇ ਕਾਨੂੰਨ ਘੜਨਗੇ, ਮੇਜਰ ਘੜਨਗੇ, ਤੁਸੀਂ ਉਹਦੇ ਤੇ ਸ਼ੱਕ ਨਹੀਂ ਕਰ ਸਕਦੇ ਵੀ ਇਹ ਤਾਂ ਆਹੀ ਹੁੰਦਾ ਹੈ। ਤੇ ਇਹ ਗੱਲ ਸਾਡੇ ਅੰਦਰ ਪੈਦਾ ਕਰਦੀ ਹੈ। 70 ਸਾਲਾਂ ਤੋਂ ਇੱਕ ਸਿਸਟਮ ਸੁਰੀ ਵੀ ਕਰੀ ਜਾਂਦੇ ਆ, ਪਰ ਪੰਜਾਬ ਦੀ ਧਰਤੀ ਤੋਂ ਜਦੋਂ ਕਿਤੇ ਆਵਾਜ਼ ਉੱਠਦੀ ਹੈ, ਇਨਕਲਾਬ ਉੱਠਦਾ, ਕੋਈ ਇਸ ਧਰਤੀ ਤੋਂ ਉੱਠਦਾ, ਕਿਉਂਕਿ ਸਾਡੀ ਮਾਨਸਿਕਤਾ ਸੀ ਹਜੇ ਤੱਕ ਨਹੀਂ ਗੁਲਾਮ ਹੋਈ, ਹਜੇ ਤੱਕ ਸਾਡੇ ਅੰਦਰ ਡਰ ਨਹੀਂ ਪੈਦਾ ਕਰ ਸਕੇ। ਕਿਉਂ ਹਾਂ ਬੈਠਾ ਸਾਡਾ ਹਾਂਜੀ ਕਿਉਂ, ਕਿਉਂਕਿ ਸਾਡੇ ਅਕੀਦੇ ਇੱਥੋਂ ਮਜ਼ਬੂਤ ਹੁੰਦੇ ਆ, ਬੈਠਾ ਸਾਡਾ ਇਸ਼ਟ ਇੱਥੇ ਸਾਨੂੰ ਇਹ ਸਿਖਾਇਆ ਜਾਂਦਾ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਕਿਸੇ ਹੋਰ ਦੇ ਅਧੀਨ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਅਸੀਂ ਕਿਸੇ ਨਾਲ ਵੈਰ ਵੱਢ ਕੇ ਬਹਿ ਗਏ, ਇਹਦਾ ਮਤਲਬ ਤੁਸੀਂ ਕਿਸੇ ਵੀ ਰੂਪ 'ਚ ਸਾਡੇ 'ਤੇ ਜ਼ੁਲਮ ਕਰੋਗੇ ਜਾਂ ਕਿਸੇ 'ਤੇ ਵੀ ਜ਼ੁਲਮ ਕਰੋਗੇ, ਅਸੀਂ ਖੜੇ ਹੋਵਾਂਗੇ, ਅਸੀਂ ਤੁਹਾਡੇ ਖਿਲਾਫ ਆਵਾਜ਼ ਵੀ ਚੱਕਾਂਗੇ ਤੇ ਲੜਾਂਗੇ ਵੀ। ਇਹ ਗੱਲ ਜਦੋਂ ਕਿਸਾਨ ਯੂਨੀਅਨ ਲੀਡਰਸ਼ਿਪ ਨੂੰ ਸਮਝ ਨਹੀਂ ਸੀ, ਉਹ ਇੰਨੇ ਸਮਰੱਥ ਨਹੀਂ ਸੀ, ਪਰ ਕਈ ਵਾਰੀ ਲੀਡਰਸ਼ਿਪ ਆਪਣੇ ਆਪ ਨੂੰ ਇਵੋਲਵ ਕਰ ਲੈਂਦੀ ਹੈ, ਇਸ ਗੱਲ ਤੇ ਪਹੁੰਚ ਜਾਂਦੀ ਹੈ ਹੌਲੀ ਹੌਲੀ ਲੜਦੇ ਲੜਦੇ, ਇਹ ਗੱਲ ਸਮਝ ਲੈਂਦੀ ਹੈ ਵੀ ਲੋਕ ਚਾਹੁੰਦੇ ਕੀ ਹੈ, ਲੋਕਾਂ ਦੇ ਇਮੋਸ਼ਨਲ ਉਭਾਰ ਜਿਹੜਾ ਆਇਆ, ਇੱਡੀ ਵੱਡੀ ਮਾਸ ਰਿਐਕਸ਼ਨ ਹੋਈ ਆ, ਇੰਨੇ ਲੋਕ ਆ ਕੇ ਪਾਰਟੀਸਪੇਟ ਕਰ ਰਹੇ ਆ, ਇਹ ਕਿਉਂ ਆ, ਇਹ ਚਾਹੁੰਦੇ ਕੀ ਆ, ਲੋਕਾਂ ਦੇ ਜਜ਼ਬਾਤ ਕੀ ਆ, ਜਜ਼ਬਾਤ ਵੀ ਨਹੀਂ ਸਮਝ ਸਕੇ। ਤੇ ਇਸੇ ਕਰਕੇ ਜੋ ਸਾਡੇ ਨਾਲ 26 ਨੂੰ ਵਰਤਾਰਾ ਵਾਪਰਿਆ ਵੀ ਅੱਧੇ ਕਿਰਾਏ ਕਹੀ ਗਈ ਵੀ ਬਹੁਤ ਯਾਰ ਦੇਖੋ ਬੱਲੇ ਬੱਲੇ ਕਰਾਤੀ, ਅੱਧੇ ਇਹ ਕਹੀ ਗਏ ਵੀ ਇਹ ਨਹੀਂ ਹੋਣਾ ਚਾਹੀਦਾ ਸੀ, ਔਰ ਹੋਇਆ ਕੀ ਕਿਸੇ ਨੂੰ ਨਹੀਂ ਪਤਾ ਲੱਗਿਆ। ਕਿਉਂ, ਜਿਹਨਾਂ ਨੂੰ ਸਮਝ ਨਹੀਂ ਵੀ ਲੜਾਈ ਸਟੇਟ ਨਾਲ ਲੜ ਰਹੇ ਹਾਂ ਅਸੀਂ, ਐਕਚੁਅਲੀ ਸਾਡੀ ਲੜਾਈ ਸਟੇਟ ਨਾਲ ਪੈ ਗਈ, ਸਟੇਟ ਨਾਲ ਜੇ ਲੜਾਈ ਲੜਾਂਗੇ ਤਾਂ ਕਿਸ ਢੰਗ ਨਾਲ ਕਿਸ ਰੂਪ 'ਚ ਲੜੀ ਜਾਣੀ ਆ, ਉਹ ਫਿਰ ਯੂਨੀਅਨ ਲੀਡਰਸ ਜੋ ਗੱਲਾਂ ਕਹਿ ਰਹੀਆਂ ਸੀ ਉਹ ਬਾਅਦ 'ਚ ਮੰਨ ਕੇ ਆ ਗਏ ਨਾ ਵੀ ਨਿਆਂਇਆਂ 'ਚ ਦਿੱਲੀ ਦੀਆਂ ਨਿਆਂਇਆਂ 'ਚ ਜਿਹੜਾ ਦੇਖ ਬੋਲਿਆ ਨਾ, ਵੀ ਪਹਿਲਾਂ ਆਪ ਹੀ ਕਹੀ ਗਈ ਵੀ ਦਿੱਲੀ ਦੀ ਹਿੱਟ 'ਤੇ ਜਾ ਕੇ ਅਸੀਂ ਰੈਲੀ ਕਰਾਂਗੇ, ਲਾਲ ਕਿਲੇ 'ਤੇ ਝੰਡਾ ਚੜ੍ਹਾਵਾਂਗੇ, ਇਹ ਆਪ ਹੀ ਉਹਨਾਂ ਦੇ ਭਾਸ਼ਣਾਂ 'ਚ ਕਹੀ ਗਏ। ਪਰ ਜਦੋਂ ਗੱਲ ਆਈ, ਮੌਕਾ ਆਇਆ, ਫਿਰ ਆਏ ਹਾਂ ਵੀ
ਪੁਲਿਸ ਵਾਲਾ ਜਿਹੜਾ ਰੂਪ ਸੀ ਉਹ ਮੰਨ ਕੇ ਆਵੇ ਵੀ ਹਾਂ ਇੱਥੋਂ ਦੀ ਕਿਹੜਾ ਦੇਖੀ ਹੁਣ ਪਰ ਲੋਕਾਂ ਦੇ ਜਿਹੜੇ ਜਜ਼ਬਾਤ ਕੁਛ ਹੋਰ ਜਾਗੇ ਹੋਏ ਸੀ ਲੋਕਾਂ ਨੇ ਉੱਥੇ ਜਾ ਕੇ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਵੀ ਤੁਸੀਂ ਕਹਿ ਕੇ ਸਾਨੂੰ ਕੀ ਬੁਲਾਇਆ ਤੇ ਹੁਣ ਤੁਸੀਂ ਕਹਿੰਦੇ ਵੀ ਦਿੱਲੀ ਦੀਆਂ ਨਿਆਂਇਆਂ ਚ ਕਿਹੜਾ ਦੇ ਕੇ ਪਹੁੰਚੀਏ ਫਿਰ ਤਾਂ ਕੋਈ ਫਾਇਦਾ ਨਹੀਂ ਸੋ ਜਦੋਂ ਅਸੀਂ ਗੱਲਾਂ ਨੂੰ ਸਮਝਦੇ ਨਹੀਂ ਉਹਦੇ ਬਾਅਦ ਫਿਰ ਸਾਨੂੰ ਕੀ ਲੱਗਦਾ ਵੀ ਬੰਦੇ ਲੱਗੋ ਯਾਰ ਕਿਹਦੇ ਤੇ ਅਸੀਂ ਕੌਮ ਤੋਂ ਲਾ ਸਕਦੇ ਹਾਂ ਇਲਜ਼ਾਮ ਲਾ ਸਕਦੇ ਕਿਹਨੂੰ ਗਦਾਰੀ ਦੇ ਸਰਟੀਫਿਕੇਟ ਵੰਡ ਸਕਦੇ ਹਾਂ ਤੇ ਫਿਰ ਇਹ ਸਿਲਸਿਲਾ ਚੱਲਿਆ ਫਲਾਨਾ ਗਦਾਰ ਫਲਾਨਾ ਸਰਕਾਰ ਦਾ ਬੰਦਾ ਮੇਰੇ ਵਰਗਾ ਗਦਾਰ ਜਿਹੜਾ 5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਤੁਹਾਡੇ ਨਾਲ ਸਾਖਾਂ ਤੇ ਤੁਹਾਨੂੰ ਪਹੁੰਚ ਬੈਠਾ ਉਹ ਬਿਨਾਂ ਕਿਸੇ ਦਾ ਹੱਥ ਔਰ ਨਿਸ਼ਾਨ ਸਾਹਿਬ ਤੋਂ ਬਹੁਤ ਲੋਕ ਹਜੇ ਵੀ ਮਨ ਕਰਦੇ ਪਏ ਵੀ ਇਹਦਾ ਕੀ ਇਹਦੀ ਕੀ ਲੋੜ ਸੀ ਜੇ ਕਿਤੇ ਉਹਦੇ ਖੜ ਜਾਂਦੇ ਫਿਰ ਵੇਖਦੇ ਤੁਸੀਂ ਪੰਜਾਬ ਹੋਰ ਕਿਵੇਂ ਉੱਠਦਾ ਸੀ ਤੇ ਸਰਕਾਰ ਕਿਵੇਂ ਮਿੰਨਤਾਂ ਤਾਰੇ ਕਰਦੀ ਸੀ ਪਰ ਜਦੋਂ ਮਾਂ ਖਾਧੀ ਆ ਅਸੀਂ ਲੀਡਰਸ਼ਿਪ ਤੋਂ ਮਾਂ ਖਾਧੀ ਆ ਇਹ ਗੱਲ ਮੰਨਣੀ ਪਊ ਵੀ ਸੰਤਾਂ ਤੋਂ ਬਾਅਦ ਸਾਡੀ ਕੌਮ ਨੂੰ ਤੇ ਪੰਜਾਬ ਨੂੰ ਕੋਈ ਲੀਡਰ ਹੀ ਨਹੀਂ ਮਿਲਿਆ ਨਿਰੰਤਰ ਖੇਤਾ ਕਲਾਮ ਹੁੰਦਾ ਜਾ ਰਿਹਾ ਤੇ ਅਸੀਂ ਲੀਡਰ ਲੈ ਸਾਂ ਇਸ ਗੱਲ ਨੇ ਤੇ ਜਿਹੜੇ ਡੇਰਾ ਪਾਉਂਦਾ ਪੰਜਾਬ ਚ ਜਿਸ ਤਰ੍ਹਾਂ ਦੀ ਪਕੜ ਇਹ ਇਸੇ ਕਰਕੇ ਹੋ ਗਈ ਕਿਉਂਕਿ ਅਸੀਂ ਆਪਦੇ ਫਲਸਫਿਆਂ ਤੋਂ ਆਪਦੇ ਅਕੀਦਿਆਂ ਤੋਂ ਜਾਂ ਉਹਨਾਂ ਅਮਲਾਂ ਤੋਂ ਦੂਰ ਹੋ ਗਏ ਜਿਹਨਾਂ ਦੇ ਗੁਰੂ ਸਾਹਿਬਾਂ ਨੇ ਸਾਨੂੰ ਲਾਇਆ ਸੀ ਮੈਂ ਆਪਦੀ ਵੀ ਗੱਲ ਕਰਾਂ ਮੇਰੇ ਚ ਬੜੇ ਤਰ੍ਹਾਂ ਦੀਆਂ ਕਮੀਆਂ ਅਸੀਂ ਉਸ ਗੁਰੂ ਦੇ ਜਿਹਨੇ ਕਿਰਤਾ ਮਾਰਨਾ ਸੀ ਸਾਨੂੰ ਉਹ ਬਹੁਤ ਪਾਸੇ ਚਲੇ ਗਏ ਸੋ ਸਾਨੂੰ ਵਾਪਸ ਆਉਣਾ ਪਊਗਾ ਵਾਪਸ ਆ ਕੇ ਉਹਨਾਂ ਹੀ ਭਰੋਸਾ ਗੁਰੂ ਚ ਜਗਾਉਣਾ ਪਊਗਾ ਫਿਰ ਅਸੀਂ ਇਹ ਕਹਿ ਸਕਾਂਗੇ ਵੀ ਹਾਂ ਜੇ ਅਸੀਂ ਕੁਛ ਇਸ ਧਰਤੀ ਲਈ ਆਪਣੇ ਲੋਕਾਂ ਲਈ ਕਰ ਸਕਦੇ ਹਾਂ ਉਦੋਂ ਬਾਅਦ ਉਹ ਸਿਲਸਿਲਾ ਸ਼ੁਰੂ ਹੋਊਗਾ ਸਾਨੂੰ ਤਹਿਜ਼ੀਬ ਸਿੱਖਣੀ ਪਊਗੀ ਬੋਲਣ ਦਾ ਪਿੱਛਾ ਹੁੰਦਾ ਤਰੀਕਾ ਸਲੀਕਾ ਸਿੱਖਣਾ ਪਊਗਾ ਆ ਹੁਣ ਇੱਥੇ ਬਾਈ ਬੈਠੇ ਸੀ ਉਹ ਰਜਿੰਦਰਦੀਪ ਸਿੰਘ ਵਾਲੇ ਪਿੰਡ ਤੋਂ ਸੀ ਤੁਸੀਂ ਉਹਨਾਂ ਦੀ ਭਾਸ਼ਾ ਸੁਣ ਲਓ ਰਜਿੰਦਰ ਬਾਈ ਦੀ ਉਹਦੀ ਸਟੇਜ ਤੋਂ ਉਹ ਭਾਸ਼ਾ ਸੁਣ ਕੋਈ ਸੁਣਦਿਆ ਬੰਦਾ ਸਿਆਣਾ ਬੰਦਾ ਉਹ ਲਫ਼ਜ਼ ਯੂਜ਼ ਕਰ ਦੂਗਾ ਤੇ ਅਸੀਂ ਉਸੇ ਧਰਤੀ ਤੋਂ ਸਾਰੇ ਇੱਥੇ ਹੀ ਪੈਦਾ ਹੋਏ ਹਾਂ ਇੱਥੇ ਜਨਮੇ ਹੋਏ ਹਾਂ ਇਹਨਾਂ ਪਿੰਡਾਂ ਚ ਰਹੇ ਹਾਂ ਅਸੀਂ ਤਰੀਕਾ ਸਲੀਕਾ ਸਾਨੂੰ ਕਿਉਂ ਨਹੀਂ ਹੁੰਦਾ ਗੱਲ ਕਰਨ ਦਾ ਸੋ ਬੜਾ ਕੁਛ ਆਪਦੇ ਕਿਰਦਾਰਾਂ ਤੇ ਕੰਮ ਕਰਨਾ ਆਪਦੇ ਉਹਨਾਂ ਜਿਹੜੀਆਂ ਮੈਂ ਪਿਰਤਾਂ ਦੀ ਗੱਲ ਕਰਦਾ ਜਿਹੜੇ ਅਮਲਾਂ ਦੀ ਗੱਲ ਕਰਦਾ ਉਹਨਾਂ ਤੇ ਵਾਪਸ ਜਾਣਾ ਬਾਕੀ ਸੰਘਰਸ਼ ਅੱਜ ਵੀ ਸਾਡਾ ਹੋ ਅਸੀਂ ਲਾਮਬੰਦੀ ਮਜ਼ਬੂਤ ਕਰਨੀ ਹੈ ਤੁਸੀਂ ਦਿਲ ਨਾ ਤੋੜੋ ਲੀਡਰਸ਼ਿਪ ਨੂੰ ਅੱਜ ਵੀ ਆਪਾਂ ਇਹੀ ਅਪੀਲ ਕਰ ਰਹੇ ਹਾਂ ਹਰ ਰੋਜ਼ ਇਹੀ ਗੱਲ ਮੈਂ ਕਰਦਾ ਵੀ ਆਪਾਂ ਇਕੱਠੇ ਰਲ ਮਿਲ ਕੇ ਲੜੀਏ ਇੱਕ ਦੂਜੇ ਤੇ ਤੋਹਮਤਾਂ ਤੇ ਇਲਜ਼ਾਮ ਉਹਨੇ ਬੰਦ ਕਰੀਏ ਸਰਕਾਰਾਂ ਦੇ ਨਾਲ ਲੜਾਈ ਆ ਸਟੇਟ ਦੇ ਖਿਲਾਫ਼ ਲੜਾਈ ਆ ਤੇ ਬੀਜੇਪੀ ਸਰਕਾਰ ਜਿਹੜੇ ਨਿਰਦਈ ਤੇ ਜ਼ਾਲਮ ਆ ਉਹਨਾਂ ਦੇ ਖਿਲਾਫ਼ ਲੜ ਰਹੇ ਆ ਤੁਸੀਂ ਉਹਨਾਂ ਦੀ ਭਾਸ਼ਾ ਨਾ ਬੋਲੋ ਤੁਸੀਂ ਆਪਦੇ ਬੰਦਿਆਂ ਨੂੰ ਹੀ ਕਹਿ ਦੋਗੇ ਵੀ ਉਹ ਸਾਡੇ ਬੰਦੇ ਹੀ ਨਹੀਂ ਸੀ ਜਿਹਦੇ ਉੱਤੇ ਵਾਕ ਸੋ ਲੀਡਰਸ਼ਿਪ ਨੂੰ ਤਾਂ ਬੜਾ ਤਗੜਾ ਤੇ ਬੜਾ ਕ੍ਰੀਏਟਿਵ ਮਤਲਬ ਉਹਨਾਂ ਬੜੇ ਰੋਜ਼ ਨਵੇਂ ਆਈਡੀਆਜ਼ ਹੋਣ ਰੋਜ਼ ਨਵੇਂ ਪ੍ਰੋਗਰਾਮ ਦੇਣ ਇਹ ਅਕਾਲੀਆਂ ਤੋਂ ਧਰਦੇ ਹੋ ਤਾਂ ਉੱਚੇ ਬੈਠੇ ਅਸੀਂ ਅਕਾਲੀਆਂ ਤੋਂ ਸਿੱਖੀਏ ਕਿਉਂਕਿ ਗੱਲ ਇਹ ਸਾਨੂੰ ਇਤਿਹਾਸ ਦਾ ਪਤਾ ਹੀ ਨਹੀਂ ਹੁੰਦਾ ਅਸੀਂ ਇਤਿਹਾਸ ਪੜ੍ਹਦੇ ਨਹੀਂ ਮੈਨੂੰ ਥੋੜ੍ਹੀ ਜਿਹੀ ਰੁਚੀ ਹੈ ਇਹਨਾਂ ਗੱਲਾਂ 'ਚ ਧਰਮ ਯੁੱਧ ਮੋਰਚੇ ਵੇਲੇ ਅਕਾਲੀਆਂ ਨੇ ਇੱਡਾ ਲੰਬਾ ਮੋਰਚਾ ਚਲਾਇਆ ਹੁਣ ਤਾਂ ਅਕਾਲੀ ਲੀਡਰਸ਼ਿਪ ਕਿਸ ਹੋਰ ਹੀ ਹੋਈ ਕਰਦੀ ਹੈ ਪਰ ਕਿਸੇ ਵੇਲੇ ਵਾਅਦੇ ਦੇ ਘਰਾਂ ਦੀ ਗੱਲ ਅਕਾਲੀ ਦਲ ਕਰਦਾ ਹੁੰਦਾ ਸੀ ਮੁੜ ਕੇ ਉਹ ਵੀ ਆ ਨੈਸ਼ਨਲ ਪਾਰਟੀਆਂ ਦੇ ਨਾਲ ਬੀਜੇਪੀ ਦੇ ਨਾਲ ਸੰਧੀਆਂ ਕਰਕੇ ਬਹਿ ਗਏ ਨਹੀਂ ਤਾਂ ਪੰਥਕ ਜਿਹੜੀ ਰਾਜਨੀਤੀ ਆ ਪੰਥਕ ਆਪਣੀ ਰਾਜਨੀਤੀ ਅਕਾਲੀ ਦਲ ਕਰਦਾ ਹੁੰਦਾ ਸੀ ਖੇਤਰੀ ਪਾਰਟੀ ਹੈ ਨਾ ਸਾਡੀ ਇਹ ਛੱਡ ਕੇ ਉਸ ਵੇਲੇ ਜਦੋਂ ਮੋਰਚਾ ਚੱਲਿਆ ਇੱਡਾ ਲੰਬਾ ਮੋਰਚਾ ਚੱਲਿਆ ਤੁਸੀਂ ਪ੍ਰੋਗਰਾਮ ਦੇਖੋ ਉਹਨਾਂ ਦੇ ਕਦੇ ਸੜਕਾਂ ਤੇ ਬਹਿ ਕੇ ਸੰਗਤ ਨੂੰ ਚੁਪਾਈ ਸਾਹਿਬ ਦੇ ਪਾਠ ਕਰਾਉਂਦੇ ਕਦੇ ਇਹਨਾਂ ਨੇ ਇਲਾਕੇ ਵੰਡਦੇ ਨੇ ਵੀ ਫਲਾਣੇ ਇਲਾਕੇ ਚੋਂ 100 ਬੰਦੇ ਜਾ ਕੇ ਗ੍ਰਿਫਤਾਰੀ ਦੇ ਦੇਣਗੇ ਅੱਜ ਇਸ ਇਲਾਕੇ ਦੀ ਵਾਰੀ ਆ ਫਿਰ ਦੂਸਰੇ ਇਲਾਕੇ ਦੀ ਵਾਰੀ ਆ ਤੇ ਉਹ ਸ਼ਾਹ ਦੇਖਣਾ ਸੀ ਸੰਗਤ ਚ
ਜੇ 100 ਨਾਂ ਗ੍ਰਿਫਤਾਰੀ ਵਾਸਤੇ ਚਾਹੀਦੇ ਹੁੰਦੇ ਸੀ 2000 ਨਾਂ ਇਕੱਠੇ ਹੋ ਜਾਂਦੇ ਸੀ। ਇਹ ਹੁੰਦੀ ਹੈ ਲੀਡਰਸ਼ਿਪ। ਰੋਜ਼ ਨਵਾਂ ਪ੍ਰੋਗਰਾਮ ਦੇ ਦੇਣਾ, ਹੋਰ 15 ਦਿਨਾਂ ਬਾਅਦ ਨਵਾਂ ਪ੍ਰੋਗਰਾਮ ਦੇ ਦੇਣਾ, ਆਪਣੇ ਕੋਲ ਤਾਂ ਪ੍ਰੋਗਰਾਮ ਹੀ ਹੈ। 26 ਦਾ ਪ੍ਰੋਗਰਾਮ ਸੀ, ਉੱਥੇ ਤੁਹਾਡੀਆਂ ਲੱਤਾਂ ਨੇ ਭਾਰ ਵਿੱਚ ਲਿਆ। ਉਦੋਂ ਪਹਿਲਾਂ ਸਰਕਾਰ ਮੀਟਿੰਗ ਦਰ ਮੀਟਿੰਗ, ਮੀਟਿੰਗ ਦਰ ਮੀਟਿੰਗ, ਉਦੋਂ ਬਾਅਦ ਸਰਕਾਰ ਨੇ ਕੋਈ ਮੀਟਿੰਗ ਨਹੀਂ ਬੁਲਾਇਆ, ਕੋਈ ਨਹੀਂ ਬੈਠੇ ਰਹੇ। ਸੋ ਇਹ ਤਾਂ ਲੜਾਈ ਹੈ ਕਿ ਇੱਥੇ ਤਾਂ ਨਵੇਂ ਪੈਂਤਰੇ ਘੜਨੇ ਪੈਣਗੇ, ਨਵੀਂ ਰਣਨੀਤੀ ਬਣਾਉਣੀ ਪਊਗੀ। ਸੋ ਜਿਹੜੀ ਜ਼ਿੰਮੇਵਾਰੀ ਲੀਡਰਸ਼ਿਪ ਦੇ ਹੁੰਦੀ ਹੈ, ਲੋਕਾਂ ਨੇ ਤਾਂ ਸਾਥ ਦੇਣਾ ਹੁੰਦਾ। ਸੋ ਇਸ ਕਰਕੇ ਜਦੋਂ ਮੈਂ ਇਹ ਗੱਲਾਂ ਕਰਦਾ, ਉਹਨਾਂ ਨੂੰ ਐਂ ਲੱਗਦਾ ਮੈਂ ਉਹਨਾਂ ਦੀ ਨਿੰਦਿਆ ਕਰ ਰਿਹਾ, ਪਰ ਨਹੀਂ, ਇਹ ਇੱਕ ਕੰਸਟਰਕਟਿਵ ਆਪਾਂ ਸਵਾਲ ਕਰ ਰਹੇ ਹਾਂ, ਲੀਡਰਸ਼ਿਪ ਨਾਲ ਗੱਲਬਾਤ ਕਰ ਰਹੇ ਹਾਂ। ਤੇ ਜੇ ਇਹਨੂੰ ਵੀ ਉਹ ਕਿਸੇ ਜਿਹੜਾ ਢੰਗ ਆ ਇਹਨੂੰ ਇਸ ਗੱਲ ਨੂੰ ਜਾਂਚਣ ਦਾ, ਇਹਨੂੰ ਪਰਖਣ ਦਾ, ਉਹਨੂੰ ਨੈਗੇਟਿਵ ਰਹਿਣਗੇ, ਤੇ ਫਿਰ ਤਾਂ ਅਸੀਂ ਕਦੇ ਇਕੱਠੇ ਨਹੀਂ ਹੋ ਸਕਾਂਗੇ। ਇਹ ਤਾਂ ਕ੍ਰਿਟੀਸਿਜ਼ਮ, ਪੋਜ਼ਿਟਿਵ ਕ੍ਰਿਟੀਸਿਜ਼ਮ ਆ। ਸਾਨੂੰ ਸਵਾਲ ਕਰਨ ਦਾ ਹੱਕ ਆ, ਕਿਉਂਕਿ ਤੁਸੀਂ ਸਾਡੇ ਲੀਡਰ ਹੋ ਇਸ ਸੈਸ਼ਨ। ਤੇ ਜੇ ਕੋਈ ਸਵਾਲ ਵੀ ਨਾ ਕਰ ਸਕੇ ਤੇ ਤੁਸੀਂ ਉਹਨੂੰ ਕਹਿ ਦਿੰਦੇ ਹੋ ਇਹ ਤਾਂ ਬੀਜੇਪੀ ਦਾ ਬੰਦਾ, ਵੇਖੋ ਦੋ ਫੜ ਕਰੀ ਜਾਂਦਾ ਸੈਸ਼ਨ। ਇਹ ਤਾਂ ਫਲਾਨਾ, ਕੋਈ ਵੀ ਸਵਾਲ ਹੀ ਨਹੀਂ ਕਰ ਸਕਦੇ ਤੁਸੀਂ, ਫਿਰ ਤਾਂ ਸਰਕਾਰ ਦੇ ਉਹਨਾਂ ਚ ਕੋਈ ਫਰਕ ਹੀ ਨਹੀਂ ਰਹਿ ਗਿਆ। ਨਾ ਤਾਂ ਸਰਕਾਰ ਸਵਾਲ ਕਰਨ ਦਿੰਦੀ ਹੈ, ਨਾ ਸੁੱਖ ਕਰ ਦਿੰਦੀ। ਸੋ ਗੱਲ ਨੂੰ ਅਸੀਂ ਜੇ ਵਿਚਾਰਾਂਗੇ ਨਹੀਂ, ਆਪਸ ਚ ਕੋਈ ਗੱਲਬਾਤ ਕਰਕੇ ਰਣਨੀਤੀ ਨਹੀਂ ਕਰਾਂਗੇ, ਇਕੱਠੇ ਰਲਣ ਕੇ ਚੱਲਾਂਗੇ ਨਹੀਂ, ਤੇ ਉਹੀ ਇੱਕ ਦੂਜੇ ਨਾਲ ਸਹਿਮਤ ਸਾਂਗੇ ਕੌਮ ਦਾ ਇਲਜ਼ਾਮ ਲਾਓ, ਇਹ ਤਾਂ ਫਿਰ ਪਿੰਡਾਂ ਚ ਆਪਾਂ ਬਹੁਤ ਕਰਦੇ ਰਹੇ ਹਾਂ, ਬੜਾ ਕੁਛ ਕਰਦੇ ਰਹੇ ਹਾਂ। ਇਹਨਾਂ ਤੋਂ ਹੀ ਤਾਂ ਸਿੱਖਣਾ, ਉਹ ਸਾਰੇ ਵਰਤਾਇਆ ਨਹੀਂ, ਸਾਨੂੰ ਕੁਛ ਨਹੀਂ ਦਿੱਤਾ। 70 ਸਾਲਾਂ ਚ ਅਸੀਂ ਬਹੁਤ ਕੁਛ ਵੰਡਾਇਆ, ਬੜੀਆਂ ਤੱਤੀਆਂ ਹਵਾਵਾਂ ਬਣੀਆਂ ਸਾਡੀ ਸਾਡੇ ਪੰਜਾਬ ਤੇ, ਪਰ ਹੁਣ ਆਉਣ ਵਾਲਾ ਪੰਜਾਬ ਸਿਖਾਵਾਂ ਤੇ ਅਸੀਂ ਸਾਰਥਕ ਬਣਾਉਣਾ। ਇਸ ਖਾਤਰ ਲੋੜ ਆ ਤੁਹਾਡੇ ਸਾਰਿਆਂ ਦੀ, ਤੁਹਾਡੀ ਜਿਹੜੀ ਉਹ ਸੋਚੀ ਪਰਮਾਤਮਾ ਨੇ ਕਾਲ ਪੁਰਖ ਨੇ ਦਿੱਤੀ ਆ, ਉਹਦੀ ਵੀ ਲੋੜ ਆ, ਤੇ ਤੁਹਾਡੇ ਜਜ਼ਬੇ ਦੀ ਵੀ ਲੋੜ ਆ। ਤੇ ਸੰਘਰਸ਼ ਹਜੇ ਵੀ ਚੱਲ ਰਿਹਾ, ਸਾਡੀ ਹੋਂਦ ਦੀ ਲੜਾਈ ਹੈ। ਉੱਥੇ ਪਹਿਲਾਂ ਕੋਈ ਪ੍ਰੋਗਰਾਮ ਆਵੇ ਲੀਡਰਸ਼ਿਪ ਦਾ, ਆਪਾਂ ਉਹਨਾਂ ਦੀ ਅਗਵਾਈ 'ਚ, ਸਾਡੀ ਕਿਸਾਨ ਲੀਡਰਸ਼ਿਪ ਦੀ ਅਗਵਾਈ 'ਚ ਲੜਾਂਗੇ। ਪਰ ਇੱਕ ਗੱਲ ਜ਼ਰੂਰ ਆ, ਲੀਡਰਸ਼ਿਪ ਦਾ ਇੱਕ ਆਵਾਜ਼ ਆਪਾਂ ਨੂੰ ਬੁਲੰਦ ਕਰਨੀ ਚਾਹੀਦੀ ਹੈ ਵੀ ਰਲ ਬੈਠ ਕੇ ਇਕੱਠੇ ਚੱਲੋ, ਤੁਸੀਂ ਉਹ ਸਾਡੇ ਲੀਡਰ, ਤੁਹਾਡੀ ਅਗਵਾਈ 'ਚ ਕਰਨਾ, ਕ੍ਰੈਡਿਟ ਵੀ ਤੁਹਾਨੂੰ ਹੀ ਜਾਊਗਾ। ਕੱਲ ਨੂੰ ਜਿੱਤ ਕੇ ਆਵਾਂਗੇ, ਲੀਡਰਸ਼ਿਪ ਨੂੰ ਹੀ ਕ੍ਰੈਡਿਟ ਜਾਂਦਾ ਹੁੰਦਾ, ਕੋਈ ਦੂਜੇ ਬੰਦੇ ਨੂੰ ਵੀ ਕ੍ਰੈਡਿਟ ਜਾਂਦਾ ਹੁੰਦਾ। ਸੋ ਇਨਸਿਕਿਉਰਿਟੀ ਜਿਹੜੀ ਆਪਣਾ ਇਹ ਸੋਚ ਲਈ ਵੀ ਯਾਰ ਅੱਜ ਤਾਂ ਲੱਖਾਂ ਵੱਡਾ ਹੋ ਜਾਊਗਾ ਜਾਂ ਦੀਪ ਵੱਡਾ ਹੋ ਜਾਊਗਾ, ਜੇ ਆਪਾਂ ਇਹਨਾਂ ਗੱਲਾਂ 'ਚ ਪਾਈਏ ਫਿਰ ਤਾਂ ਗੱਲ ਨਹੀਂ ਬਣਦੀ। ਸੋ ਗੱਲਾਂ ਨੂੰ ਸਾਨੂੰ ਵਿਚਾਰਨਾ ਪਊਗਾ, ਨਵੀਆਂ ਜਿਹੜੀਆਂ ਪੁਰਾਣੇ ਰੀਤ ਰਿਵਾਜ਼ ਆ ਉਹਨਾਂ ਦੇ ਖੰਡਨ ਕਰਕੇ ਨਵੀਆਂ ਤੇ ਚੰਗੀਆਂ ਗੱਲਾਂ, ਜਾਂ ਨਵੀਆਂ ਨਹੀਂ ਪਰ ਜੋ ਸਾਨੂੰ ਸਾਡੇ ਗੁਰੂਆਂ ਨੇ ਤੇ ਬਾਬਾ ਨਾਨਕ ਤੇ 10ਵੇਂ ਪਾਤਸ਼ਾਹ ਨੇ ਸਿਖਾਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਕਰਦੇ ਆ, ਉਹਨਾਂ ਅਕੀਦਿਆਂ ਦੇ ਤੇ ਉਹਨਾਂ ਅਮਲਾਂ ਦੇ ਵਾਪਸ ਕਰਨਾ ਪਊਗਾ। ਗੁਰੂ ਚ ਪੂਰਨ ਭਰੋਸਾ ਰੱਖਣਾ ਪਊਗਾ, ਫਿਰ ਗੱਲ ਬਣੂਗੀ। ਜੇ ਗੁਰੂ ਚ ਭਰੋਸਾ ਤਾਂ ਜਿੱਤ ਵਾਲੇ ਗੁਰੂ ਨੇ, ਤੇ ਗੁਰੂ ਚ ਭਰੋਸਾ ਨਹੀਂ ਆ ਤੇ ਅਸੀਂ ਕਹਿ ਦਈਏ ਵੀ ਅਸੀਂ ਆਪਣੀ ਹੋਂਦ ਤੇ ਹਸਤੀ ਨੂੰ ਵਿਚਾਰਾਂਗੇ, ਉਹ ਹੋਂਦ ਹਸਤੀ ਜੋ ਇਸ ਗੁਰੂ ਨੇ ਸਾਨੂੰ ਦਿੱਤੀ ਸੀ, ਫਿਰ ਇਹਦਾ ਬਣਕਰ ਹੋ ਕੇ ਤਾਂ ਕੁਛ ਨਹੀਂ ਕੀਤਾ ਜਾ ਸਕਦਾ, ਬੇਮੁੱਖ ਹੋ ਕੇ ਕੁਛ ਨਹੀਂ ਕੀਤਾ ਜਾ ਸਕਦਾ। ਇੰਨੀਆਂ ਕੁ ਗੱਲਾਂ ਆਪਾਂ ਅੱਜ ਕਰਨੀਆਂ ਸੀ, ਬਾਕੀ ਮੈਂ ਬੜਾ ਇਸ ਗੱਲ ਦਾ ਹਮੇਸ਼ਾ ਹੀ ਰਿਣੀ ਰਹਾਂਗਾ ਵੀ ਜਦੋਂ ਭੀੜ ਪਈ ਤੇ ਤੁਸੀਂ ਸਾਰੇ ਨਾਲ ਕਦੇ ਅਰਦਾਸਾਂ ਕੀਤੀਆਂ ਤੇ ਆਵਾਜ਼ ਵੀ ਚੱਕੀ ਵੀ ਨਹੀਂ ਸਾਡਾ ਹੀ ਮੁੰਡਾ ਸਾਡਾ ਹੀ ਬੰਦਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹੀ ਹੌਸਲਾ ਤੇ ਹਿੰਮਤ ਲਈ ਫਿਰਦੀ ਹੈ ਬੰਦੇ, ਜਦੋਂ ਪਤਾ ਨਾ ਵੀ ਆਪਦੇ ਬੰਦੇ ਹੈਗੇ, ਜਦੋਂ ਇਹ ਪਤਾ ਵੀ ਬੰਦੇ ਵੀ ਹੈ ਨਹੀਂ, ਫਿਰ ਚਾਹੇ ਕਮਾਈਆਂ ਕਰ ਲਓ, ਆਉਂਦੇ ਲੈ ਲਓ, ਕੁਛ ਮਰਜ਼ੀ ਮਿਲ ਜਾਵੇ, ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ। ਸਭ ਤੋਂ ਵੱਡੀ ਜਿਹੜੀ ਕਮਾਈ ਆ, ਸਭ ਤੋਂ ਵੱਡੀ ਦੌਲਤ ਆ, ਉਹ ਤੁਹਾਡਾ ਪਿਆਰ ਤੇ ਸਾਥ। ਇਹ ਆਪਾਂ ਇੱਕ ਦੂਜੇ ਨਾਲ ਬਣਾ ਕੇ ਰੱਖੀਏ, ਇਹਦੀ ਬਹੁਤ ਜ਼ਰੂਰਤ ਆਉਣ ਵਾਲੇ ਸਮੇਂ 'ਚ। ਅਗਲੀ ਗੱਲ, ਜਦੋਂ ਮੈਂ ਸੰਗਤ ਦੀ ਗੱਲ ਕੀਤੀ ਸੀ, ਦੇਖੋ ਜਦੋਂ ਅਸੀਂ ਨਿਖੜੇ ਹੋਈਏ ਨਾ, ਤਾਂ ਸਾਡੀਆਂ ਕਮੀਆਂ ਜਦੋਂ ਮੂਹਰੇ ਜ਼ਿਆਦਾ ਹੁੰਦੀਆਂ, ਪਰ ਜਦੋਂ ਅਸੀਂ ਸੰਗਤ ਨੂੰ ਬੈਠੇ ਹੋਵਾਂਗੇ, ਸੰਗਤ 'ਚ ਬਹਿ ਕੇ ਵਿਚਾਰ ਕਰਾਂਗੇ ਤੇ ਸਾਨੂੰ ਵਿਚਾਰ ਸਿਰ ਜੋੜ ਕੇ ਕਰਨੇ ਆ ਜਾਣਗੇ, ਫਿਰ ਸਾਡੀ ਕਮੀਆਂ ਸੰਗਤ ਜਵਾ ਲੈਂਦੀ ਆ, ਤੇ ਸਾਡੀ ਜਿਹੜੀ ਇਹ ਕਹਿ ਲਓ ਵੀ ਕੋਈ ਚੰਗਿਆਈ ਆ,
ਚੰਗੇ ਲੋਕਾਂ ਨੂੰ ਹੀ ਦੁਨੀਆਂ ਦੇ ਸਾਹਮਣੇ ਜਾਂਦੇ ਇਸੇ ਕਰਕੇ ਸਾਨੂੰ ਸੰਗਤ ਦਾ ਫਲਸਫਾ ਗੁਰੂ ਸਾਹਿਬ ਨੇ ਦਿੱਤਾ ਸੋ ਇਸ ਸੰਗਤ ਇਹ ਸਾਡੀ ਪਰੰਪਰਾ ਇਹਨਾਂ ਪਰੰਪਰਾਵਾਂ ਨੂੰ ਬਚਾਉਣ ਵਾਸਤੇ ਸਾਨੂੰ ਸਾਡੀਆਂ ਸੰਸਥਾਵਾਂ ਤੇ ਸਾਡੀਆਂ ਸੰਪਰਦਾਵਾਂ ਉਹਨਾਂ ਨੂੰ ਵੀ ਬਚਾਉਣਾ ਪਊਗਾ ਕਿਉਂਕਿ ਸਰਕਾਰ ਇੱਕ ਪਾਸੇ ਇਹ ਵੀ ਚਾਹੁੰਦੀ ਹੈ ਕਿ ਜਥੇਬੰਦਕ ਨਾ ਹੋਣ ਜੇ ਜਥੇਬੰਦਕ ਹੋ ਗਏ ਤਾਂ ਫਿਰ ਬਹੁਤ ਵੱਡੀ ਪਾਵਰ ਬਣ ਜਾਣਗੇ ਤੇ ਇਸੇ ਕਰਕੇ ਤੁਸੀਂ ਵੇਖ ਲਓ ਐਸ ਡੀ ਪੀ ਸੀ ਤੋਂ ਲੈ ਕੇ ਕੋਈ ਜਥੇਬੰਦੀ ਵੇਖ ਲਓ ਸਰਕਾਰ ਦੀ ਗਠਬੰਧਨ ਦੀ ਤੇ ਸਰਕਾਰ ਆਪਦੇ ਬੰਦੇ ਪਾ ਦਿੰਦੀ ਉਹ ਵੀ ਕੰਮ ਅਸੀਂ ਉਹ ਵੀ ਲੜਾਈ ਲੜਦੀ ਹਾਂ ਆਪਣੀਆਂ ਸੰਸਥਾਵਾਂ ਤੇ ਸੰਪਰਦਾਵਾਂ ਨੂੰ ਬਚਾਉਣਾ ਤੇ ਉਹਨਾਂ ਸੰਪਰਦਾਵਾਂ ਤੇ ਸੰਸਥਾਵਾਂ ਦਾ ਖੁੱਲਾ ਰਹਿਣਾ ਸਾਡੇ ਤੇ ਉਹ ਤਾਂ ਹੀ ਰਹੂਗਾ ਜੇ ਉਹ ਸੰਪਰਦਾਵਾਂ ਤੇ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੋਣਗੀਆਂ ਕਿਸੇ ਸਰਕਾਰ ਦੇ ਅਧੀਨ ਨਹੀਂ ਹੋਣਗੀਆਂ ਸੋ ਕੰਮ ਬੜੇ ਆ ਕਰਨ ਵਾਲੇ ਕਿਸਾਨਾਂ ਨੂੰ ਕਰਜ਼ੇ ਚੋਂ ਬਿਮਾਰੀ ਚੋਂ ਕੱਢਣਾ ਬਹੁਤ ਕੰਮ ਆ ਕਰਨ ਵਾਲੇ ਤੇ ਇਹ ਤਾਂ ਹੀ ਆਪਾਂ ਕਰ ਸਕਦੇ ਹਾਂ ਜੇ ਇਕੱਠੇ ਰਲ ਮਿਲ ਕੇ ਤੇ ਪਰਿਵਾਰ ਦੀ ਤਰ੍ਹਾਂ ਕੰਮ ਕਰੀਏ ਸੋ ਬਾਕੀ ਆਪਾਂ ਸਮੇਂ ਸਮੇਂ ਤੇ ਇਹ ਕੋਈ ਸਵਾਲ ਪੁੱਛਦੇ ਰਹਿਣਾ ਤਾਂ ਹੀ ਬੈਠ ਕੇ ਗੱਲਾਂ ਬਾਤਾਂ ਕਰਦੇ ਰਹੀਏ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਾਸਤੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਕਰਨਾ ਸਤਿ ਸ਼੍ਰੀ ਅਕਾਲ।